ਪਟਿਆਲਾ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਡਾਕਟਰ ਧਰਮਵੀਰ ਗਾਂਧੀ ਵੱਲੋਂ ਅੱਜ ਪਾਤੜਾਂ ਵਿਖੇ ਪਹੁੰਚਣ 'ਤੇ ਉਹਨਾਂ ਵੱਲੋਂ ਸਭ ਤੋਂ ਪਹਿਲਾਂ ਸ਼੍ਰੀ ਖਾਟੂ ਸ਼ਾਮ ਮੰਦਿਰ ਵਿੱਚ ਜਾ ਕੇ ਉਹਨਾਂ ਨੇ ਨਤਮਸਤਕ ਹੋਏ, ਸ਼ਾਮ ਬਾਬਾ ਦਾ ਆਸ਼ੀਰਵਾਦ ਹਾਸਿਲ ਕੀਤਾ। ਉਸਕੇ ਬਾਅਦ ਉਹਨਾਂ ਵੱਲੋਂ ਦਰਬਾਰਾ ਸਿੰਘ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਜਿਹੜੇ ਹਲਕੇ ਦੇ ਸਤਰਾਣਾ ਹਲਕੇ ਦੇ ਉਹਨਾਂ ਵੱਲੋਂ ਉਹਨਾਂ ਕੇ ਹੱਕ ਦੇ ਵਿੱਚ ਇੱਕ ਚੁਣਾਵ ਮੀਟਿੰਗ ਦਾ ਆਯੋਜਨ ਪਿੰਡ ਬਨਵਾਲਾ ਵਿਖੇ ਕੀਤਾ ਗਿਆ, ਜਿਸ ਦੇ ਵਿੱਚ ਡਾਕਟਰ ਧਰਮਵੀਰ ਗਾਂਧੀ ਨੇ ਲੋਕਾਂ ਨੂੰ ਸੰਬੋਧਨ ਕਰਦੇ ਕਿਹਾ ਕਿ ਕੇਜਰੀਵਾਲ ਨੂੰ ਇਸ ਸਮੇਂ ਕੇਂਦਰ ਸਰਕਾਰ ਨੇ ਜੇਲ੍ਹ 'ਚ ਡੱਕਿਆ ਹੈ, ਜਿਸ ਸਮੇਂ ਚੋਣਾਂ ਦੇਸ਼ ਵਿੱਚ ਹੋਣ ਵਾਲੀਆਂ ਹੈ, ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਸੀ। ਮੈਂ ਉਹਨਾਂ ਦੀ ਹਿਮਾਇਤ ਨਹੀਂ ਕਰਦਾ, ਲੇਕਿਨ ਇਹ ਸਹੀ ਨਹੀਂ ਕੀਤਾ। ਔਰ ਲੋਕਤੰਤਰ ਨੂੰ ਬਚਾਉਣਾ ਹੈ ਤਾਂ ਕਾਂਗਰਸ ਪਾਰਟੀ ਦੀ ਸਰਕਾਰ, ਇੰਡੀਆ ਗਠਜੋੜ ਜਿਹੜੀ ਸਰਕਾਰ, ਉਹ ਬਣਨੀ ਚਾਹੀਦੀ ਹੈ। ਜਦੋਂ ਉਹਨੇ ਪੁੱਛਿਆ ਗਿਆ ਕਿ ਪੰਜਾਬ ਦੇ ਵਿੱਚ ਜਿਹੜੀ ਗੜੇਮਾਰੀ ਅਤੇ ਤੇਜ਼ ਹਵਾਵਾਂ ਤੂਫਾਨ ਨਾਲ ਕਿਸਾਨਾਂ ਦੀ ਫਸਲਾਂ ਦਾ ਨੁਕਸਾਨ ਹੋਇਆ, ਤਾਂ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਤੁਰੰਤ ਕਿਸਾਨਾਂ ਨੂੰ ਗਿਰਦਾਵਰੀ ਕਰਾ ਕੇ ਮੁਆਵਜ਼ਾ ਦੇਵੇ। ਅਤੇ ਜਦੋਂ ਉਹਨਾਂ ਪੁੱਛਿਆ ਗਿਆ ਕਿ ਪਾਰਟੀ ਕੋਈ ਗੁੱਟਬਾਜ਼ੀ ਤੋਂ ਨਹੀਂ, ਤਾਂ ਉਹਨਾਂ ਨੇ ਕਿਹਾ ਕਿ ਇੱਕ ਗਿਲੇ ਸਿਕਵੇ ਹੁੰਦੇ ਨੇ, ਲੇਕਿਨ ਇੱਕ ਦੂਜੇ ਨੂੰ ਬੈਠ ਕੇ ਸਾਰੇ ਮਸਲੇ ਹੱਲ ਕੀਤੇ ਜਾਣਗੇ। ਲੇਕਿਨ ਸਤਰਾਣਾ ਹਲਕੇ ਦੇ ਵਿੱਚ ਪਾਰਟੀ ਇਕਜੁੱਟ ਹੈ, ਇਹ ਸਾਫ਼ ਦਿਖਾਈ ਦਿੱਤਾ। ਦਰਬਾਰਾ ਸਿੰਘ ਵੱਲੋਂ ਉਹਨਾਂ ਨੂੰ ਵਿਸ਼ਵਾਸ ਦਵਾਇਆ ਕਿ ਹਲਕੇ ਦਾ ਹਰ ਕਾਂਗਰਸੀ ਵਰਕਰ ਉਹਨਾਂ ਨੂੰ ਵੋਟ ਪਾ ਕੇ ਲੋਕ ਸਭਾ 'ਚ ਭੇਜੇਗਾ। ਅੱਜ ਹਲਕਾ ਸਤਰਾਣਾ ਦੇ ਲਈ ਖਾਸ ਤੌਰ 'ਤੇ ਬਹੁਤ ਵੱਡੀ ਖੁਸ਼ੀ ਦਾ ਦਿਨ ਹੈ ਕਿ ਡਾਕਟਰ ਧਰਮਵੀਰ ਗਾਂਧੀ, ਜੋ ਕਿ ਇੱਕ ਬੇਦਾਗ ਸ਼ਖਸੀਅਤ ਨੇ, ਇੱਕ ਬਹੁਤ ਵਧੀਆ ਇਨਸਾਨ ਨੇ, ਗਰੀਬਾਂ ਦੇ, ਮਜ਼ਲੂਮਾਂ ਦੇ, ਆਮ ਲੋਕਾਂ ਦੇ ਮਸੀਹਾ ਨੇ, ਉਹ ਹਲਕਾ ਸਤਰਾਣਾ ਦੇ ਵਿੱਚ ਵਰਕਰਸ ਕਾਨਫਰੰਸ ਨੂੰ ਸੰਬੋਧਨ ਕਰਨ ਆ ਰਹੇ ਨੇ। ਹਲਕਾ ਸਤਰਾਣਾ ਦਾ ਬੱਚਾ ਬੱਚਾ ਖੁਸ਼ੀ ਮਹਿਸੂਸ ਕਰ ਰਿਹਾ। ਅਸੀਂ ਪਿੰਡਾਂ ਦੇ ਵਿੱਚ ਘੁੰਮ ਰਹੇ ਹਾਂ, ਸ਼ਹਿਰਾਂ 'ਚ ਘੁੰਮ ਰਹੇ ਹਾਂ, ਬਹੁਤ ਵਧੀਆ ਰਿਸਪੋਂਸ ਸਾਨੂੰ ਜਿਹੜਾ ਉਹ ਮਿਲ ਰਿਹਾ। ਅਸੀਂ ਸਾਰੇ ਇਕੱਠੇ ਹੋ ਕੇ ਡਾਕਟਰ ਧਰਮਵੀਰ ਗਾਂਧੀ ਨੂੰ ਵੱਡੀ ਗਿਣਤੀ ਵੋਟਾਂ ਪਾ ਕੇ ਜਿਤਾਵਾਂਗੇ। ਸਤਰਾਣਾ ਹਲਕਾ ਇੱਕ ਪਛੜਿਆ ਹੋਇਆ ਹਲਕਾ, ਇੱਥੇ ਸਭ ਤੋਂ ਵੱਡੀ ਘਾਟ ਜਿਹੜੀ ਹੈ ਮੈਂ ਅਸੀਂ ਮਹਿਸੂਸ ਕਰਦੇ ਹਾਂ, ਉਹ ਕੋਈ ਵੀ ਮੈਡੀਕਲ ਇੰਸਟੀਚਿਊਟ ਨਹੀਂ ਹੈ, ਸਭ ਤੋਂ ਵੱਡੀ ਘਾਟ। ਦੂਜੀ ਪ੍ਰੋਬਲਮ, ਸਾਡਾ ਏਰੀਆ ਜਿਹੜਾ ਹੈ ਇਹ ਖੇਤੀ ਡੋਮੀਨੇਟਡ ਏਰੀਆ, ਔਰ ਇੱਥੇ ਰਾਈਸ ਐਸੋਸੀਏਸ਼ਨ ਜਿਹੜੀ ਆ, ਜਿਹੜੇ ਮਿਲਰਜ਼ ਨੇ, ਉਹ ਬਹੁਤ ਵੱਡੀ ਗਿਣਤੀ 'ਚ ਲੱਗੇ ਹੋਏ ਨੇ, ਖਾਸ ਤੌਰ 'ਤੇ ਸੈਲਾ ਪਲਾਂਟ। ਸੋ ਸਾਡੀ ਜਿਹੜੀ ਵੱਡੀ ਪ੍ਰੋਬਲਮ ਆ, ਅਸੀਂ ਸਮਝਦੇ ਹਾਂ ਕਿ ਇੱਥੇ ਰੇਲਵੇ ਲਾਈਨ ਜਿਹੜੀ ਆ ਉਹ ਇਮੀਡੀਏਟਲੀ ਵਿਛਾਈ ਜਾਣੀ ਚਾਹੀਦੀ ਆ, ਕਿ ਹਜ਼ਾਰਾਂ ਟਨ ਝੋਨਾ ਜਿਹੜਾ ਪੰਜਾਬ ਤੋਂ ਬਾਹਰੋਂ ਆਉਂਦਾ, ਔਰ ਹਜ਼ਾਰਾਂ ਟਨ ਰਾਈਸ ਜਿਹੜਾ ਉਹ ਪੰਜਾਬ ਤੋਂ ਬਾਹਰ ਜਾਂਦਾ। ਸੋ ਜਿਹੜੀ ਉਹਦੇ ਨਾਲ ਜਿਹੜੀ ਉਹ ਜੰਕਸ਼ਨ ਬਣਨਾ ਚਾਹੀਦਾ ਇਮੀਡੀਏਟਲੀ, ਇਹਦੇ ਨਾਲ ਹਲਕੇ ਦੇ ਨੌਜਵਾਨ ਵੀਰਾਂ ਨੂੰ ਰੁਜ਼ਗਾਰ ਵੀ ਮਿਲੂਗਾ, ਔਰ ਮੈਂ ਸਮਝਦਾ ਕਿ ਜਿਹਦੇ ਨਾਲ ਜਿਹੜੀ ਸਾਡੇ ਇਲਾਕੇ ਦੀ ਡਿਵੈਲਪਮੈਂਟ ਆ ਜਿਹੜੀ ਉਹ ਹੋਰ ਵਧੀਆ ਤਰ੍ਹਾਂ ਹੋਊ। ਪਾਤੜਾਂ ਸ਼ਹਿਰ ਦੇ ਵਿੱਚ ਇੱਕ ਇੰਡਸਟਰੀਅਲ ਫੋਕਲ ਪੁਆਇੰਟ ਔਰ ਇੱਕ ਰੇਲਵੇ ਲਾਈਨ ਜਿਹੜੀ ਆ ਉਹ ਵਿਛਾਉਣ ਦਾ ਬਹੁਤ ਵੱਡਾ ਕੰਮ ਜਿਹੜਾ ਉਹ ਅਸੀਂ ਉਹਨਾਂ ਨੂੰ ਬੇਨਤੀ ਕਰਾਂਗੇ, ਔਰ ਅਨਾਜ ਮੰਡੀ ਦਾ ਸਾਡਾ ਏਰੀਏ ਦੇ ਪਾਤੜਾਂ ਸ਼ਹਿਰ ਦੇ ਵਿੱਚ ਬਹੁਤ ਵੱਡਾ ਜਿਹੜਾ ਉਹ ਮੁੱਦਾ। ਇਹ ਜਿਹੜਾ 24 ਦਾ ਇਲੈਕਸ਼ਨ ਹੈ, ਇੱਕ ਬੜਾ ਫੈਸਲਾ ਕੌਣ ਇਲੈਕਸ਼ਨ ਹੈ, ਸਾਡੇ ਸੰਵਿਧਾਨ ਨੂੰ ਬਚਾਉਣ ਦਾ ਸਵਾਲ ਹੈ, ਸੰਵਿਧਾਨਕ ਹੱਕਾਂ ਨੂੰ, ਬੋਲਣ ਦੇ ਹੱਕ ਨੂੰ, ਲਿਖਣ ਦੇ ਹੱਕ ਨੂੰ, ਮੀਡੀਆ ਦੀ ਆਜ਼ਾਦੀ ਨੂੰ, ਈਵਨ ਤੁਹਾਡੀ ਆਜ਼ਾਦੀ ਵਾਸਤੇ ਵੀ ਇਹ ਬਹੁਤ ਮਹੱਤਵਪੂਰਨ ਇਲੈਕਸ਼ਨ ਹੈਗਾ ਹੈ। ਸੋ ਇਸ ਕਰਕੇ ਇਹ ਇਲੈਕਸ਼ਨ ਜ਼ੋਰ ਸ਼ੋਰ ਨਾਲ ਲੜਾਂਗੇ, ਔਰ ਸੰਨ 24 'ਚ ਇਸ ਮੌਜੂਦਾ ਭਾਜਪਾ ਦੀ ਸੱਤਾ ਹੈਗੀ ਹੈ ਉਹਨੂੰ ਲੀਹੋਂ ਲਾ ਕੇ, ਉਹਨੂੰ ਗੱਦੀਓਂ ਲਾ ਕੇ, ਇੱਕ ਵਧੀਆ ਹਿੰਦੁਸਤਾਨ, ਇੱਕ ਸਭ ਦਾ ਸਾਂਝਾ ਹਿੰਦੁਸਤਾਨ, ਸਭ ਲਈ ਖੁਸ਼ਹਾਲ ਹਿੰਦੁਸਤਾਨ, ਔਰ ਸੰਵਿਧਾਨ ਦੇ ਅਨੁਸਾਰ ਚੱਲਣ ਵਾਲਾ, ਕਾਨੂੰਨ ਦੇ ਅਨੁਸਾਰ ਚੱਲਣ ਵਾਲਾ ਹਿੰਦੁਸਤਾਨ, ਇਹਨਾਂ ਧੱਕੇਸ਼ਾਹੀ ਨੂੰ ਖਤਮ ਕਰਕੇ ਅਸੀਂ ਬਣਾਉਣ ਦੀ ਕੋਸ਼ਿਸ਼ ਕਰ। ਮੈਂ ਮੰਗ ਕਰਦਾ ਕਿ ਇਹਨਾਂ ਨੂੰ ਫੌਰੀ ਮੁਆਵਜ਼ਾ ਦਿੱਤਾ ਜਾਵੇ, ਜਿਵੇਂ ਭਗਵੰਤ ਮਾਨ ਹੁਣੀ ਕਹਿੰਦੇ ਸੀਗੇ ਕਿ ਗਦਾਵਰੀਆਂ ਬਾਅਦ 'ਚ ਹੁੰਦੀਆਂ ਰਹਿਣਗੀਆਂ, ਅਸੀਂ ਪਹਿਲਾਂ ਮੁਆਵਜ਼ਾ ਪਹਿਲਾਂ ਦੇਵਾਂਗੇ। ਉਹਨਾਂ ਨੂੰ ਆਪਣੇ ਸ਼ਬਦਾਂ ਦੇ ਖੜੇ ਖਰੇ ਉਤਰਨਾ ਚਾਹੀਦਾ ਗਾ, ਔਰ ਕਿਸਾਨ ਜਿਹੜਾ ਪਹਿਲਾਂ ਹੀ ਮੁਸੀਬਤਾਂ ਮਾਰਿਆ, ਜਿਹੜਾ ਪਹਿਲਾਂ ਹੀ ਕਰਜ਼ਈ ਹੈਗਾ, ਉਹਨਾਂ ਦੀ ਬਾਂਹ ਫੜਨੀ ਚਾਹੀਦੀ ਸਰਕਾਰ ਨੂੰ, ਔਰ ਆਪਣੇ ਖਜ਼ਾਨੇ ਦਾ ਮੂੰਹ ਕਿਸਾਨਾਂ ਵਾਸਤੇ ਖੋਲ੍ਹਣਾ ਚਾਹੀਦਾ ਜੀ। ਲੋਕ ਫੈਸਲਾ ਕਰਨਗੇ ਕਿ ਇੱਕ ਪਾਸੇ ਰਾਜਸ਼ਾਹੀ ਹੈਗੀ ਹੈ, ਇੱਕ ਪਾਸੇ ਅੰਨਾ ਕਮਾਇਆ ਹੋਇਆ ਪੈਸਾ ਹੈਗਾ, ਦੂਜੇ ਪਾਸੇ ਸਰਕਾਰ ਦੀ ਸੱਤਾ ਬਲ, ਧਨ ਬਲ, ਅਤੇ ਸਰਕਾਰ ਦੀ
ਸਰਕਾਰ ਦਾ ਜਿਹੜਾ ਐਡਵਾਂਟੇਜ ਉਹਨਾਂ ਕੋਲ ਹੈਗਾ, ਇੱਕ ਡਾਕਟਰ ਗਾਂਧੀ ਹੈਗਾ ਜਿਹੜਾ ਲੋਕਾਂ ਦੀ ਸੇਵਾ ਜੋ ਕਰਦਾ ਕਰਦਾ ਉੱਠ ਕੇ ਅੱਜ ਜੰਗੇ ਮੈਦਾਨ 'ਚ ਆਇਆ ਔਰ ਭਾਜਪਾ ਸੱਤਾ ਨੂੰ ਚੈਲੇਂਜ ਕਰਨ ਵਾਸਤੇ ਕਾਂਗਰਸ ਪਾਰਟੀ ਦਾ ਪੱਲਾ ਫੜ ਕੇ ਇਸ ਇਤਿਹਾਸਕ ਮੋੜ ਉੱਤੇ ਇੱਕ ਦੇਸ਼ ਨੂੰ ਜੋ ਸੰਵਿਧਾਨ ਨੂੰ ਖਤਰਾ ਖੜਾ ਹੋਇਆ, ਜੋ ਧਰਮ ਨਿਰਪੱਖ ਚਰਿੱਤਰ ਨੂੰ ਖਤਰਾ ਖੜਾ ਹੋਇਆ, ਜੋ ਘੱਟ ਗਿਣਤੀਆਂ ਨੂੰ ਖਤਰਾ ਖੜਾ ਹੋਇਆ, ਜੋ ਉਹਨੂੰ ਇੱਕ ਚੁਣੌਤੀ ਦੇ ਤੌਰ 'ਤੇ ਲੈ ਕੇ ਅੱਜ ਉਮਰ ਦੇ ਇਸ ਪੜਾਅ 'ਤੇ ਵੀ ਅੱਜ ਉਹ ਜੰਗੇ ਮੈਦਾਨ 'ਚ ਹੈ, ਸ਼ੇਰ ਵਾਂਗੂ ਕਰ ਜਾਂਗੇ ਇਹਨਾਂ ਨੂੰ ਹਰਾਵਾਂ। ਕੇਜਰੀਵਾਲ ਸਾਹਿਬ ਨਾਲ ਜਿਹੜਾ ਜਿਸ ਤਰ੍ਹਾਂ ਸਰਕਾਰ ਵਿਹਾਰ ਕਰ ਰਹੀ ਹੈ ਉਹ ਧੱਕਾ ਹੈਗਾ ਆ, ਇਹ ਨਹੀਂ ਹੋਣਾ ਚਾਹੀਦਾ। ਸਰਕਾਰ ਜਿਹੜੀ ਸਿਆਸੀ ਜਿਹੜੀ ਬਦਲਾਖੋਰੀ ਦੀ ਭਾਵਨਾ ਹੈਗੀ ਆ ਨਹੀਂ ਹੋਣੀ ਚਾਹੀਦੀ। ਜੇ ਕੋਈ ਬੰਦੇ ਨੇ ਕਸੂਰ ਕੀਤਾ, ਜੇ ਕੋਈ ਕਸੂਰਵਾਰ ਹੈ, ਕੋਰਟ ਫੈਸਲਾ ਕਰੂਗੀ। ਇਹ ਜਿਸ ਤਰ੍ਹਾਂ ਚੋਣਾਂ ਦੇ ਨੇੜੇ ਉਹਨੂੰ ਪ੍ਰਚਾਰ ਕਰਨ ਤੋਂ ਰੋਕਣਾ, ਸਿਆਸੀ ਸਰਗਰਮੀਆਂ ਨੂੰ ਰੋਕਣਾ ਇਹ ਕਾਨੂੰਨੀ ਤੌਰ 'ਤੇ ਗਲਤ ਹੈ, ਸੰਵਿਧਾਨਕ ਤੌਰ 'ਤੇ ਗਲਤ ਹੈਗਾ। ਜੇ ਉਹਨਾਂ ਦੇ ਖਿਲਾਫ਼ ਕੋਈ ਹੈ ਮੈਂ ਉਹਨਾਂ ਨੂੰ ਬਰੀ ਨਹੀਂ ਕਰਦਾ, ਮੈਂ ਕਿਸੇ ਨੂੰ ਬਰੀ ਨਹੀਂ ਕਰਦਾ ਜਦ ਤੱਕ ਉਹਨਾਂ ਕੋਰਟ ਇੱਕ ਕਾਨੂੰਨੀ ਪ੍ਰਕਿਰਿਆ ਰਾਹੀਂ ਬਰੀ ਨਹੀਂ ਕਰਦੀ ਹੈਗੀ। ਪਰ ਇਸ ਜੋ ਤਰੀਕਾ ਵਰਤਿਆ ਜਾ ਰਿਹਾ, ਜੋ ਧੱਕੇਸ਼ਾਹੀ ਵਰਤੀ ਜਾ ਰਹੀ ਹੈ, ਮੈਂ ਉਹਦੀ ਮੁਖਾਲਫਤ ਕਰਦਾ ਜੀ। ਨਹੀਂ, ਸਾਰਾ ਕੁਝ ਠੀਕ ਹੋ ਜਾਊਗਾ ਜੀ। ਹਰ ਪਾਰਟੀ 'ਚ ਹੁੰਦਾ ਹੈਗਾ ਆ, ਹਰ ਇੱਕ ਬੰਦੇ ਨੂੰ ਆਪਣੀ ਸਿਆਸੀ ਇੱਛਾ ਸ਼ਕਤੀ, ਇੱਛਾ ਪਾਲਣ ਦਾ ਅਧਿਕਾਰ ਹੈਗਾ, ਚੁਣੇ ਜਾਣ ਦਾ ਅਧਿਕਾਰ ਆ, ਆਪਣਾ ਕਲੇਮ ਕਰਨ ਦਾ ਅਧਿਕਾਰ ਹੈ, ਉਹ ਇਸ ਅਧਿਕਾਰ ਦੀ ਵਰਤੋਂ ਕਰ ਰਿਹਾ। ਪਰ ਮੈਂ ਸਮਝਦਾ ਕਿ ਜਿਸ ਬੰਦੇ ਦੇ ਦਿਲ ਵਿੱਚ ਕਾਂਗਰਸ ਧੜਕਦੀ ਹੈ, ਜਿਸ ਬੰਦੇ ਦੇ ਦਿਲ ਵਿੱਚ ਜਮਹੂਰੀਅਤ ਧੜਕਦੀ, ਜਿਸ ਬੰਦੇ ਦੇ ਦਿਲ ਵਿੱਚ ਧਰਮ ਨਿਰਪੱਖਤਾ ਧੜਕਦੀ ਹੈ, ਸੰਵਿਧਾਨ ਧੜਕਦਾ ਹੈਗਾ, ਉਹ ਕਦੇ ਕਾਂਗਰਸ ਦਾ ਵਿਰੋਧੀ ਨਹੀਂ ਹੋ ਸਕਦਾ, ਕਦੇ ਕਾਂਗਰਸ ਨੂੰ ਨੁਕਸਾਨ ਨਹੀਂ ਪਹੁੰਚਾਊਗਾ। ਮੈਨੂੰ ਆਪਣੇ ਸਾਰੇ ਕਾਂਗਰਸੀ ਭਰਾਵਾਂ ਦਾ ਯਕੀਨ ਹੈ ਕਿ ਅੱਜ ਦੇਰ ਸਵੇਰ ਇੱਕ ਦੋ ਦਿਨ 'ਚ ਉਹ ਸਾਡੇ ਪ੍ਰਚਾਰ ਵਿੱਚ ਹੁੰਮਾ ਕੇ ਪੁੱਜਣਗੇ ਔਰ ਕਾਂਗਰਸ ਨੂੰ ਕਾਮਯਾਬ ਕਰਨਗੇ। ਕੈਮਰਾਮੈਨ ਪ੍ਰਥਮ ਦੇ ਨਾਲ ਪੁਰਸ਼ੋਤਮ ਕੌਸ਼ਿਕ, ਸਮਾਣਾ ਨਿਊਜ਼।